ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੁਣ ਦੇ ਸਮੇਂ ਤੱਕ ਮਾਨਸਿਕ ਰੋਗਾਂ ਦੇ ਇਲਾਜ ਨੂੰ ਬਾਕੀ ਇਲਾਜ ਅਤੇ ਸਿਹਤ ਦੀ ਦੇਖਭਾਲ ਤੋਂ ਦੂਰ ਰੱਖਿਆ ਜਾਂਦਾ ਸੀ। ਮਾਹਿਰ ਮੰਨਦੇ ਹਨ ਕਿ ਕਈ ਮਾਨਸਿਕ ਰੋਗਾਂ ਦਾ ਸੰਬੰਧ ਇੱਕ ਹੀ ਨਹੀਂ ਬਲਕਿ ਅਨੇਕਾਂ ਜੀਨਾਂ ਦੇ ਵਿਕਾਰਾਂ ਨਾਲ ਹੁੰਦਾ ਹੈ। NC7 ਨਿਊਜ਼ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਡਾਕਟਰ ਰਜਿੰਦਰ ਪਾਲ ਨੇ ਦੱਸਿਆ ਕਿ ਬੇਚੈਨੀ, ਨੀਂਦ ਘੱਟ ਜਾਂ ਵੱਧ ਆਉਣਾ, ਸਿਰਦਰਦ ਰਹਿਣਾ, ਵਾਰ ਵਾਰ ਹੱਥ ਧੋਣਾ, ਚੀਜ਼ਾਂ ਦੀ ਵਰਤੋਂ ਸਮੇਂ ਵਹਿਮ ਭਰਮ ਕਰਨਾ, ਗੁੱਸੇ ਦਾ ਵਧਣਾ, ਗੱਲਾਂ ਦਾ ਭੁੱਲਣਾ, ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਧਮਕੀਆਂ ਦੇਣਾ ਆਦਿ ਮਾਨਸਿਕ ਰੋਗ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਨੇ। ਮਾਨਸਿਕ ਰੋਗ ਦਾ ਇਲਾਜ ਸੰਭਵ ਹੈ। ਇਸ ਸੰਬੰਧੀ ਵਹਿਮਾਂ ਭਰਮਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਅਜਿਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਲੈਣ ਤਾਂ ਜਲਦੀ ਠੀਕ ਹੋ ਕੇ ਉਹ ਇੱਕ ਆਮ ਵਿਅਕਤੀ ਦੀ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹਨ। ਮਾਨਸਿਕ ਰੋਗ ਛੁਪਾਉਣਾ ਨਹੀਂ ਚਾਹੀਦਾ। ਇਸ ਬਾਰੇ ਮਾਨਸਿਕ ਰੋਗਾਂ ਦੇ ਮਾਹਿਰ ਨੂੰ ਦੱਸ ਕੇ ਛੁਟਕਾਰਾ ਪਾਇਆ ਜਾ ਸਕਦਾ ਹੈ। ਅਪੈਕਸ ਹਸਪਤਾਲ ਰਾਮਪੁਰਾ ਫੂਲ ਵੱਲੋਂ ਇਲਾਕੇ ਦੇ ਲੋਕਾਂ ਲਈ ਸਮੇਂ-ਸਮੇਂ ਤੇ ਦਿੱਤੀਆਂ ਜਾਣ ਵਾਲੀਆਂ ਡਾਕਟਰੀ ਸੇਵਾਵਾਂ ਦੀ ਇਲਾਕਾ ਵਾਸੀ ਭਰਪੂਰ ਸ਼ਲਾਘਾ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਰਜਿੰਦਰਪਾਲ ਸਿੰਘ ਹੈ। ਮੈਂ MD ਸਾਈਕੈਟਰੀ ਕੀਤੀ ਹੈ, ਜੋ ਕਿ ਮਾਨਸਿਕ ਰੋਗ ਵਿਸ਼ੇਸ਼ਗੇ ਦੀ ਡਿਗਰੀ ਹੈ। ਮਾਨਸਿਕ ਰੋਗ ਦੇ ਵਿੱਚ ਕੀ ਕੁਛ ਆਉਂਦਾ ਹੈ, ਜਿਵੇਂ ਕਿ ਉਦਾਸੀ, ਚਿੰਤਾ, ਦਿਲ ਦਾ ਕਮਜ਼ੋਰ ਹੋਣਾ, ਜਿਹਦੇ ਵਿੱਚ ਆਉਂਦਾ ਗਾ ਦਿਲ ਘਟਣਾ, ਧੜਕਣ ਵਧਣਾ, ਉਸ ਤੋਂ ਬਾਅਦ ਇੱਕੋ ਹੀ ਕੰਮ ਵਾਰ ਵਾਰ ਕਰਨਾ, ਜਿਵੇਂ ਕਿ ਹੱਥ ਧੋਣਾ ਵਾਰ ਵਾਰ ਜਾਂ ਕੋਈ ਕੁੰਡੀ ਚੈੱਕ ਕਰਨਾ। ਇਸ ਦੇ ਨਾਲ ਹੋਰ ਕਿਹੜੇ ਕਿਹੜੇ ਰੋਗ ਨੇ, ਜਿਵੇਂ ਕਿ ਸਿਰਦਰਦ, ਮਿਰਗੀ ਦਾ ਦੌਰਾ, ਵਹਿਮ, ਸ਼ੱਕ, ਗੁੱਸਾ ਅਤੇ ਬੱਚਿਆਂ ਦੀਆਂ ਬਿਮਾਰੀਆਂ। ਬੱਚਿਆਂ ਦੀਆਂ ਬਿਮਾਰੀਆਂ ਦੇ ਵਿੱਚ ਕੀ ਕੁਛ ਹੈ, ਜਿਵੇਂ ਕਿ ਚਿੜਚਿੜਾਪਣ, ਪੜ੍ਹਾਈ 'ਚ ਮਨ ਨਾ ਲੱਗਣਾ, ਬਿਸਤਰ 'ਚ ਪਿਸ਼ਾਬ ਕਰਨਾ ਰਾਤ ਨੂੰ, ਉਸ ਤੋਂ ਬਾਅਦ ਇੱਕ ਜਗ੍ਹਾ 'ਤੇ ਟਿੱਕੇ ਨਾ ਬੈਠਣਾ। ਇਹ ਸਾਰੀਆਂ ਬੱਚਿਆਂ ਦੀਆਂ ਮਾਨਸਿਕ ਸਮੱਸਿਆਵਾਂ ਨੇ, ਜਿਨ੍ਹਾਂ ਬਾਰੇ ਕਿ ਲੋਕਾਂ ਨੂੰ ਪਤਾ ਨਹੀਂ ਅਤੇ ਇਹਨਾਂ ਦਾ ਬਹੁਤ ਵਧੀਆ ਇਲਾਜ ਹੋ ਸਕਦਾ। ਉਸ ਤੋਂ ਬਾਅਦ ਜਿਹੜੀ ਤੀਸਰੀ ਚੀਜ਼ ਆ ਉਹ ਹੈ ਜੀ ਨਸ਼ਿਆਂ ਬਾਰੇ। ਕੋਈ ਵੀ ਨਸ਼ਾ ਗਾ ਉਹਨੂੰ ਛੱਡਿਆ ਜਾ ਸਕਦਾ, ਪਰ ਸਭ ਤੋਂ ਜ਼ਰੂਰੀ ਇਹ ਆ ਕਿ ਬੰਦੇ ਦੀ ਵਿਲ ਪਾਵਰ ਹੋਣੀ ਚਾਹੀਦੀ ਆ, ਕਿ ਉਹਦੀ ਆਤਮ ਵਿਸ਼ਵਾਸ ਹੋਣਾ ਚਾਹੀਦਾ ਕਿ ਉਹ ਨਸ਼ਾ ਛੱਡ ਸਕਦਾ ਗਾ। ਚੌਥੀ ਚੀਜ਼ ਹੈਗੀ ਆ ਗੁਪਤ ਰੋਗ। ਗੁਪਤ ਰੋਗ ਦੇ ਵਿੱਚ ਕੀ ਆਉਂਦਾ ਗਾ, ਜਿਵੇਂ ਮਤਲਬ ਗੁਪਤ ਰੋਗ ਕਈ ਲੋਕ ਜਾਂਦੇ ਹੈਗੇ ਜਿਹੜੇ ਚਮੜੀ ਦੇ ਡਾਕਟਰ ਹੁੰਦੇ ਆ, ਚਮੜੀ ਦੇ ਡਾਕਟਰ ਇਨਫੈਕਸ਼ਨ ਟ੍ਰੀਟ ਕਰਦੇ ਆ, ਅਤੇ ਜਿਹੜੇ ਸਾਈਕੈਟਰੀ ਦੇ ਵਿੱਚ ਆ ਉਹ ਬਾਕੀ ਹਰ ਤਰ੍ਹਾਂ ਦਾ ਗੁਪਤ ਰੋਗ ਸਾਈਕੈਟਰੀ ਦੇ ਵਿੱਚ ਟ੍ਰੀਟ ਕੀਤਾ ਜਾਂਦਾ ਗਾ। ਜ਼ਰੂਰੀ ਆ ਕਿ ਤੁਸੀਂ ਪਹਿਲਾਂ ਹੀ ਉਸ ਡਾਕਟਰ ਕੋਲ ਜਾਓ ਜਿਹੜਾ ਉਹਦਾ ਸਹੀ ਇਲਾਜ ਕਰ ਸਕਦਾ, ਨਾ ਕਿ ਇਹ ਹੋਵੇ ਕਿ ਤੁਸੀਂ ਸਾਰਿਆਂ ਕੋਲ ਜਾ ਕੇ ਬਾਅਦ 'ਚ ਉਸ ਡਾਕਟਰ ਕੋਲ ਪਹੁੰਚੋ ਜਦੋਂ ਤੁਹਾਡਾ ਸਾਰਾ ਕੁਛ ਖਤਮ ਹੋ ਜਾਂਦਾ। ਖਤਮ ਹੋਣ ਦਾ ਮਤਲਬ ਕਿ ਪੈਸੇ ਖਤਮ ਹੋ ਜਾਂਦੇ ਆ, ਤੁਹਾਡੀ ਮਤਲਬ ਜਿਹੜੀ ਸਹਿਣਸ਼ੀਲਤਾ ਉਹ ਖਤਮ ਹੋ ਜਾਂਦੀ ਆ। ਉਹਦੇ ਨਾਲੋਂ ਵਧੀਆ ਕਿ ਪਹਿਲਾਂ ਤੁਸੀਂ ਉਹਦੇ ਕੋਲ ਜਾਓ ਜਿਹਦੀ ਜਿਹੜਾ ਬਿਮਾਰੀ ਤੁਹਾਡੀ ਠੀਕ ਕਰਦਾ। ਇਸ ਦੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਮਤਲਬ ਜੇ ਤੁਹਾਨੂੰ ਕੁਛ ਵੀ ਲੱਗਦਾ ਹੈਗਾ ਤਾਂ ਤੁਸੀਂ ਕਿਸੇ ਵੀ ਡਾਕਟਰ ਤੋਂ ਪਹਿਲਾਂ ਸਲਾਹ ਲਓ ਵੀ ਮੈਂ ਕਿਹੜੇ ਡਾਕਟਰ ਨੂੰ ਦਿਖਾਵਾਂ, ਉਸ ਤੋਂ ਬਾਅਦ ਤੁਸੀਂ ਕਿਸੇ ਡਾਕਟਰ ਕੋਲ ਦਿਖਾਉਣ ਵਾਸਤੇ ਜਾਓ। ਇਸ ਦੇ ਨਾਲ ਹੀ ਜੀ ਮੈਂ ਇਹ ਚਾਹੁੰਦਾ ਕਿ ਤੁਸੀਂ ਸਾਰੇ ਠੀਕ ਰਹੋ, ਆਪਣੀ ਸਿਹਤ ਦਾ ਧਿਆਨ ਰੱਖੋ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।